ਦੂਜਿਆਂ ਨੇ ਜੀਏ ਵੀ ਇਹਦੇ ਕੋਲ 17 ਤੋਂ 18 ਕਿਲੋ ਪੰਜਾਹ ਕਿਲੋਮੀਟਰ ਤੱਕ ਡਿਲੀਵਰੀ ਆਪਣੀ ਹੋਵੇਗੀ। ਥਾਂ 'ਚ ਛੱਟਾ ਫੁਆਰਾ ਕਿਸੇ ਕਿਸਮ ਦਾ ਮਸਲਾ ਹੋਵੇਗਾ, ਆਂਜਿਆਂ ਦਾ ਕਿਰਾਇਆ ਆਪਣਾ, ਕੁਝ ਥਾਂ 'ਚ ਛੱਟਾ ਫੁਆਰਾ ਮਸਲਾ ਹੋਵੇਗਾ, ਗਾਂ ਆਪਣੀ ਵਾਪਸੀ, ਕਿਰਾਇਆ ਆਂਜਿਆਂ ਦਾ ਆਪਣਾ ਹੋਵੇਗਾ ਇਨਸ਼ਾਅੱਲਾ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ, ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਅਰਨ ਫਰਾਮ ਬੈਫਲੋ, ਔਰ ਮੈਂ ਆਪਕਾ ਮੇਜ਼ਬਾਨ ਅਬੂ ਕਾਸ਼ਾ। ਅੱਛਾ ਜੀ, ਸਭ ਤੋਂ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ, ਲੋਕੇਸ਼ਨ ਜਿਹੜੀ ਹੈਗੀ 64 4R ਤਹਿਸੀਲ ਜ਼ਿਲ੍ਹਾ ਸਾਹਿਵਾਲ ਅਤੇ ਗੈਂਬਰ ਨੂਸ਼ਾ ਰੋਡ ਦੇ ਉੱਤੇ ਮੌਜੂਦ ਹੈ ਅੱਡਾ ਪੁਲ ਚੌਂਹਠ 4R ਅੱਡਾ ਪੁਲ, ਉਹਦੇ ਨਾਲ 1 ਕਿਲੋਮੀਟਰ 'ਤੇ ਆਪਣਾ ਪਿੰਡ ਹੈ। ਅਤੇ ਉੱਥੇ ਆਪਣੇ ਕੋਲ ਇਸ ਟਾਈਮ ਅੱਜ 3 ਗਾਵਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ, ਮਾਸ਼ਾਅੱਲਾ 2 ਦੂਜੀਆਂ ਅਤੇ 1 ਤੀਜੀਆਂ ਨੇ, ਅਤੇ ਇਹ ਵੀ ਦੂਜਿਆਂ ਨੇ ਲੱਗਦੀ, ਮਤਲਬ ਕਿ ਹੈ ਤੀਜਿਆਂ ਨੇ ਲੇਕਿਨ ਲੱਗਦੀ ਦੂਜਿਆਂ ਨੇ ਮਾਸ਼ਾਅੱਲਾ। ਬੜੀਆਂ ਖੂਬਸੂਰਤ ਬੈੜਾਂ ਨੇ, ਕੋਈ ਇੱਕ ਚੋਲਸਤਾਨੀ ਕਰਾਸ ਹੈ, ਇੱਕ ਫਰੀ 2 ਫਰੀਜ਼ਨ ਕਰਾਸ ਨੇ ਮਾਸ਼ਾਅੱਲਾ। ਸਿਰ ਤੋਂ ਘੋਣੀਆਂ, ਸੇਲ ਸ਼ਰਾਫ, ਅਤੇ 18 18 ਕਿਲੋ 17 17 ਕਿਲੋ ਦੁੱਧ ਮਾਸ਼ਾਅੱਲਾ, 2 ਟਾਈਮ ਚੋ ਕੇ ਤਸੱਲੀ ਨਾਲ। ਅਤੇ ਕਰਮਾਂ ਦੀਆਂ ਸੋਹਣੀਆਂ ਗਾਵਾਂ ਨੇ ਮਾਸ਼ਾਅੱਲਾ, ਕੱਦ ਬੁੱਤ ਅਤੇ ਥਣ ਚੱਡਾ, ਥਣ ਸੋਹਣਾ ਮਾਸ਼ਾਅੱਲਾ, ਬੜਾ ਸੋਹਣਾ ਹੈ। ਮਗਰ ਬੱਚੇ ਨੇ 3 ਸੂਈਆਂ ਹੋਈਆਂ ਨੇ, ਅਤੇ ਇਸ ਵਾਸਤੇ ਮਤਲਬ ਕਿ ਜਿਹੜਾ ਬੰਦਾ ਜਾਵੇਗਾ ਚੁਆਕ ਚੋ ਕੇ ਜਾ ਸਕਦਾ, ਗੱਲਾਂ ਨਾਲ ਦੁੱਧ ਨਹੀਂ ਹੋਣਾ। ਜਿਹੜਾ ਬੰਦਾ ਜਾਵੇਗਾ ਚੋਟੇ 2 ਟਾਈਮ 3 ਟਾਈਮ ਲੈ ਕੇ ਜਾਂਦਾ, ਲੈ ਕੇ ਜਾਵੇ। ਮਗਰ ਮਾਸ਼ਾਅੱਲਾ ਬੱਚੇ ਨੇ, ਤੁਹਾਨੂੰ ਗਾਵਾਂ ਵਿਖਾਉਣੇ, ਤਸੱਲੀ ਨਾਲ ਵੀਡੀਓ ਬਣਾਉਣੀਆਂ, ਜਿਹੜੀ ਵੀ ਗੱਲਬਾਤ ਹੋਈ ਫਿਰ ਇਨਸ਼ਾਅੱਲਾ ਨਾਲ ਕਰਨੀ ਹੁੰਦੀ। ਅੱਛਾ ਜੀ, ਪਹਿਲੇ ਨੰਬਰ 'ਤੇ ਮਾਸ਼ਾਅੱਲਾ ਆ ਵੈੜ, ਚੋਲਸਤਾਨੀ ਅਤੇ ਫਰੀਜ਼ਨ ਕਰਾਸ, ਚੰਗਾ ਕੱਦ ਮਾਸ਼ਾਅੱਲਾ, ਸਿਰ ਤੋਂ ਘੋਣੀ, ਸ਼ਾਹ ਕਾਲਾ ਥਨ, ਦੁੱਧ ਇਹਦੇ ਕੋਲ 17 ਕਿਲੋ 17 ਤੋਂ 18 ਕਿਲੋ ਦੁੱਧ ਹੈਗਾ, 17 ਕਿਲੋ ਜਿਹੜਾ ਦਰਿਆ ਗਿਆ ਨਾ ਬੱਚੇ ਨੂੰ ਛੱਡ ਕੇ ਮਾਸ਼ਾਅੱਲਾ, ਅਤੇ ਗੱਲਾਂ ਨਾਲ ਨਹੀਂ ਚਵਾ ਕੇ ਇਨਸ਼ਾਅੱਲਾ ਦਿਆਂਗੇ। ਠੰਡੀ ਮਾੜੀ ਜੀ, ਸਿਰ ਤੋਂ ਘੋਣੀ ਹੈ ਅਤੇ ਬੜੀ ਸੀਲ ਸ਼ਰਾਫ ਹੈ। ਕਰਮਾਲ ਨੇ ਬੱਚਾ ਛੱਡ ਕੇ ਸਕੂਨ ਨਾਲ, ਅਤੇ ਟੰਗਾ ਪਾ ਕੇ ਛੋ ਲੈਣੀ ਨੇ, ਹਿੱਲਣਾ ਨਹੀਂ, ਲੱਤ ਨਹੀਂ ਚੱਕਣੀ, ਪੈਰ ਨਹੀਂ ਚੱਕਣਾ। ਥੋੜ੍ਹੀ ਜਿਹਾ ਸਿਰਫ ਕੈਮਰੇ ਪਰ ਕਾਰੀ ਵੀਡੀਓ ਪਰ ਬਣਾ ਰਹੇ ਨਾ ਇਸ ਵਜ੍ਹਾ ਤੋਂ। ਮੱਠੀ ਮੱਠੀ ਰੱਖੀ, ਮੱਠੀ ਮੱਠੀ ਮੱਠੀ, ਚੱਲ ਬੰਨ ਸੋ ਯਾਰ, ਥੋੜ੍ਹੀ ਡਰਦੀ ਪਈ, ਵਿਖਾ ਲੈਣੇ ਬਾਅਦ 'ਚ ਚੈੱਕ ਕਰੋ ਜੀ। ਬੱਚੇ ਨੂੰ ਛੱਡ ਕੇ ਮਾਸ਼ਾਅੱਲਾ 17 ਤੋਂ 18 ਕਿਲੋ ਦੋ ਦਿਨ ਬੰਦ ਬੰਦ ਅੱਜ ਕੱਲ੍ਹ ਤਾਂ ਟਾਈਮ ਮਤਲਬ ਕਿ 12 12 ਦਾ ਟਾਈਮ ਹੋਇਆ, ਅਤੇ ਮਾਸ਼ਾ ਸ਼ਾਮੀ 'ਚ ਬੀਜਣੀਆਂ ਹੋਣੀਆਂ ਨੇ, ਅਤੇ 5:30-6 ਵਜੇ ਚਵਾਈ ਕਰੀ ਦੇਣਾ ਜੀ। ਉਸ ਤੋਂ ਬਾਅਦ ਜੀ ਆਹ ਦੂਜੇ ਨੰਬਰ ਜਿਹੜੀ ਵੈੜ ਹੈ, ਇਹ ਵੀ ਦੂਜੇ ਨੇ ਅਤੇ ਉਹ ਵੀ ਦੂਜੇ ਨੇ। ਆਹ ਦੂਜੇ ਨੇ ਵੈੜ ਹੈ, ਸਿਰ ਤੋਂ ਘੋਣੀ ਮਾਸ਼ਾਅੱਲਾ, ਸ਼ਾਹ ਕਾਲੀ, ਅਤੇ ਕਰਮਾਂ ਵਾਲੀ ਕੋਲ ਦੁੱਧ 18 ਕਿਲੋ ਹੈਗਾ ਨਾ ਮਸੇਰਾ, ਪੱਕਾ ਦੁੱਧ ਜਿਹੜਾ 18 ਕਿਲੋ ਬੱਚੇ ਤੋਂ ਬਗੈਰ। ਹਾਂ, 2 ਟਾਈਮ ਚਵਾ ਕੇ ਥਣ, ਸ਼ਾਹ ਕਾਲਾ, ਮੁੱਠ ਭਰਦਾ ਨੇ, ਸਿਰ ਤੋਂ ਘੋਣੀ ਹੈ, 5 ਫੁੱਟ ਕੱਦ ਵੈੜ ਦਾ, 10 ਫੁੱਟ ਲੰਮੀ, ਚੈੱਕ ਕਰੋ ਰਾਜਾ। ਹਾਂ ਲੈ ਲੈ, ਬਸ ਠੀਕ ਲਿਆ, ਬੱਚੇ ਨੂੰ ਛੱਡ ਕੇ 17 ਕਿਲੋ 2 ਟਾਈਮ ਚਵਾ ਕੇ, ਡਰਦੀਆਂ ਪਈਆਂ ਨਾ ਕੈਮਰੇ ਵਜ੍ਹਾ ਤੋਂ ਹੋਰ। ਦੂਜਿਆਂ ਨੇ ਜੀਏ ਵੀ ਇਹਦੇ ਕੋਲ 17 ਤੋਂ 18 ਕਿਲੋ ਹੈ। ਅੱਛਾ, ਇਹਨਾਂ ਦੇ ਬੱਚੇ ਕਿਹੜੇ ਕਿਹੜੇ ਨੇ ਭਲਾ, ਜਿਹੜੀ ਪਹਿਲੀ ਗਾਂ ਹੈ, ਪਹਿਲੇ ਨੰਬਰ ਵਾਲੀ, ਉਹਦਾ ਬੱਚਾ ਕਿਹੜਾ ਭਲਾ? ਆ ਬੱਚੀ ਹੈ ਜੀ, ਉਹ ਜਿਹੜੀ ਆ ਪਹਿਲੇ ਨੰਬਰ 'ਤੇ ਖੜੀ ਹੈ, ਪਰਲੇ ਨੰਬਰ ਪਹਿਲੇ ਵਾਲੀ, ਚੋਲਸਤਾਨੀ ਜਿਹੜੀ ਹੈਗੀ, ਉਹਨੇ ਮਗਰ ਆ ਬੱਚੀ ਹੈ। ਉਸ ਤੋਂ ਬਾਅਦ ਜਿਹੜੀ ਆ ਦੂਜੇ ਨੰਬਰ 'ਤੇ ਕਿਹੜਾ ਆ ਬੱਚਾ ਜੀ, ਅਤੇ ਜਿਹੜੀ ਉਹ ਪਰਲੀ ਗਾਂ ਹੈ, ਉਹ ਸੂਈ ਤਕਰੀਬਨ 20 ਦਿਨਾਂ ਦੀ, ਆ 10 ਦਿਨ ਹੋ ਗਏ, 10-15 ਦਿਨ ਹੋ ਗਏ ਸੂਈ ਨੂੰ ਇਹਨੂੰ। ਉਸ ਤੋਂ ਬਾਅਦ ਜੀ ਤੀਸਰੇ ਨੰਬਰ ਜਿਹੜੀ ਆ ਗਾਂ ਹੈ, ਮਾਸ਼ਾਅੱਲਾ ਇਹ ਫਰੀਜ਼ਨ ਕਰਾਸ ਹੈ ਵਲੈਤਨ, ਅਤੇ ਕਰਮਾਂ ਦੀ ਕੋਲ ਜਿਹੜਾ ਦੁੱਧ ਹੈਗਾ ਇਸ ਟਾਈਮ ਬੱਚੇ ਨੂੰ ਛੱਡ ਕੇ ਜਿਹੜਾ ਹੈਗਾ ਨਾ 14 ਕਿਲੋ ਦੁੱਧ ਹੈ, ਸਿਰ ਤੋਂ ਘੋਣੀ, ਅਤੇ ਮਾਸ਼ਾਅੱਲਾ ਚੰਗੀ ਜਿੰਦ ਜਾਣ ਵਾਲੀ, ਚੰਗਾ ਖੂਨ ਹੈ, ਵਜ਼ਨ ਵੀ ਚੰਗਾ ਹੈਗਾ, ਲੰਮੀ ਵੀ ਚੰਗੀ, ਥਣ ਚੈੱਕ ਕਰੋ ਕਾਲਾ ਥਣ ਹੈ, ਅਤੇ ਥੱਲੋਂ ਮਾਸ਼ਾਅੱਲਾ ਇਹਦੇ ਕੋਲ ਜਿਹੜਾ ਦੁੱਧ ਹੈਗਾ 14 ਕਿਲੋ ਹੈ, 2 ਟਾਈਮ ਚੋਪ, ਤਸੱਲੀਆਂ ਵਾਲਾ ਠੰਡਾ ਦੁੱਧ ਜਿਹੜਾ ਹੈਗਾ। ਲੈ ਚੱਲ
ਇਹ ਮਤਲਬ ਕਹਿੰਦਾ ਇਹ ਹਜੇ ਤੱਕ ਤੁਹਾਨੂੰ ਚਵਾਈ ਵੀ ਕਰਵਾ ਸਕਦੇ ਸਰ, ਲੇਕਿਨ ਚਵਾਈ ਇਸ ਵਜ੍ਹਾ ਤੋਂ ਨਹੀਂ ਕਿਉਂਕਿ ਇਹ ਸ਼ਾਮ ਨੂੰ ਚੀਜ਼ ਹੁੰਦੀਆਂ ਨੇ ਅਤੇ ਇਸ ਟਾਈਮ ਹਜੇ 12 ਵਜੇ ਨੇ ਅਤੇ ਬਕਾਇਦਾ ਦੁੱਧ ਦੱਸਿਆ ਜਿੰਨਾ ਤੁਹਾਨੂੰ ਇਨਸ਼ਾਅੱਲਾ ਉਨਾ ਹੋਵੇਗਾ। ਜਿੰਨੇ ਵੀ ਲੈਣੀ ਬੰਦੇ ਨੇ ਦੋ ਟਾਈਮ ਚੋ ਕੇ ਥਲੀ ਨਾਲ ਲੈਣੀ ਹੈ। ਇਹਨੇ ਕੋਲ ਜਿਹੜਾ ਹੈਗਾ ਦੁੱਧ ਹੈਗਾ 14 ਕਿਲੋ ਦੁੱਧ ਹੈ। ਇਹਨੇ ਮਗਰ ਜਿਹੜਾ ਬੱਚਾ ਹੈਗਾ ਆਹ ਹੈਗਾ ਇਹ ਤਕਰੀਬਨ 5 ਦਿਨਾਂ ਦੀ ਸਹੀ ਹੈ, 5 ਤੋਂ 1 ਮਹੀਨੇ ਦੀ ਸੁਣੀ ਹੈ। ਮਗਰ ਕੀ ਮਗਰ ਇਹਨੇ ਬੱਚਾ ਬੱਚਾ ਜੀ ਆਹ ਜਿਹੜਾ ਬੱਚਾ ਸੋਹਣਾ ਬੱਚਾ ਮਾਸ਼ਾਅੱਲਾ, ਤਿੰਨੇ ਫਲ ਵੀ ਤਗੜੇ ਨੇ ਕਰਮਾਂ ਲਈਆਂ, ਆਪ ਵੀ ਤਗੜੀਆਂ ਨੇ ਚੰਗੀਆਂ। ਹਾਂ ਪੂਰਾ ਮਾਸ਼ਾਅੱਲਾ ਦੋ ਛੱਡ ਗਏ ਨੇ, ਇੱਕ ਇੱਕ ਥਣ ਪੂਰਾ ਉਹਨਾਂ ਚੰਗਾਈਦਾ। ਅਤੇ ਜਿਹੜੀ ਇਹਨਾਂ ਦੀ ਕੀਮਤ ਹੈਗੀ, ਕੀਮਤ ਤੁਹਾਨੂੰ ਦੱਸ ਦੇਣਾ ਮੈਂ। ਅੱਛਾ ਜੀ, ਜਿਹੜੀ ਗਾਵਾਂ ਤੁਹਾਨੂੰ ਦਿਖਾਤੀਆਂ ਨੇ ਮਾਸ਼ਾਅੱਲਾ ਦੁੱਧ ਵੀ ਤੁਹਾਨੂੰ ਦੱਸਦਾ, ਆਹ ਵੈੜ ਜਿਹੜੀ ਦੂਜੇ ਨੇ ਵੈੜ ਹੈ, ਭਾਵੇਂ ਪਹਿਲਾਂ ਕਹਿ ਲਓ ਲੇਕਿਨ ਹੈ ਦੂਜੇ ਨੇ, ਝੂਠ ਨਹੀਂ ਬੋਲਣਾ। ਜਿਹੜੀ ਗੱਲ ਹੋਵੇਗੀ ਆਪਾਂ ਉਹ ਕਰਨੀ, ਸ਼ਾਹਕਾਰ ਥਣ ਹੈ ਮਾਸ਼ਾਅੱਲਾ ਮੁੱਠ ਮੁੱਠ ਦਾ, ਚਿੰਨੀਆਂ ਵੰਡਾਂ 'ਚ ਦੁੱਧ ਜਿਹੜਾ ਇਹਦੇ ਕੋਲ ਹੈਗਾ 17 ਕਿਲੋ ਦੁੱਧ ਹੈਗਾ ਮਾਸ਼ਾਅੱਲਾ ਬੱਚੇ ਤੋਂ ਬਗੈਰ। ਦੋ ਟਾਈਮ ਚਵਾ ਕੇ ਦਿਆਂਗੇ ਗੱਲਾਂ ਨਾਲ, ਨਹੀਂ ਝੂਠ ਨਹੀਂ ਇਨਸ਼ਾਅੱਲਾ। ਜਿਹੜਾ ਬੰਦਾ ਜਾਵੇ ਦੋ ਟਾਈਮ ਤਿੰਨ ਟਾਈਮ ਚੋਕਿਆ ਵੀ ਲਿਆ ਸਕਦਾ ਹੈ। 17 ਕਿਲੋ ਦੁੱਧ ਤੁਹਾਨੂੰ ਫਿਰ 16 ਕਿਲੋ ਕਰ ਲਓ, 16 ਕਿਲੋ ਦੁੱਧ ਜਿਹੜਾ ਤੁਹਾਨੂੰ ਠੰਡਾ ਦੁੱਧ ਇਨਸ਼ਾਅੱਲਾ ਚਵਾ ਕੇ ਦਿਆਂਗੇ ਬੱਚੇ ਤੋਂ ਬਗੈਰ। ਇੱਕ ਥਾਂ ਬੱਚੇ ਨੂੰ, ਤਿੰਨਾਂ ਥਾਂ ਦੁੱਧ ਜਿਹੜਾ ਹੈਗਾ 16 ਕਿਲੋ ਚਵਾ ਕੇ ਦਿਆਂਗੇ ਅਤੇ ਦੂਜੇ ਨੂੰ ਵੈਣ। ਕੀਮਤ ਜਿਹੜੀ ਇਹਦੀ ਡਿਮਾਂਡ ਹੈਗੀ 5 ਲੱਖ ਰੁਪਈਆ, 5 ਲੱਖ ਰੁਪਈਆ ਡਿਮਾਂਡ ਹੈ। ਉਸ ਤੋਂ ਬਾਅਦ ਜਿਹੜੀ ਆਹ ਗਾਂ ਇਹਦੇ ਕੋਲ ਦੁੱਧ ਮਾਸ਼ਾਅੱਲਾ 17 ਤੋਂ 18 ਕਿਲੋ ਇਹਦੇ ਕੋਲ ਦੁੱਧ, ਇਹਨੇ ਕੋਲ ਦੁੱਧ ਉਹਨਾਂ ਮਾਸ਼ਾਅੱਲਾ ਸ਼ਾਹਕਾਰਾਂ ਥਾਣੇ ਕਰਮਾਲੀ ਕੋਲ ਮੁੱਠ ਮੁੱਠ ਦਾ ਚੰਗੀਆਂ ਵੰਡਾਂ 'ਚ ਦੂਜੇ ਨੇ ਵੈੜ ਹੈਗੀ। ਇਹ ਵੀ ਦੂਜਿਆਂ ਨੇ, ਆਹ ਵੀ ਦੂਜਿਆਂ ਨੇ ਲੱਗ ਰਹੀਆਂ ਦੋਵੇਂ ਪਹਿਲਾਂ, ਲੇਕਿਨ ਦੂਜਿਆਂ ਨੇ ਇਹਦੀ ਡਿਮਾਂਡ ਹੀ 5 ਲੱਖ ਰੁਪਈਆ। ਦੁੱਧ ਜਿੰਨਾ ਦੱਸਿਆ ਇਨਸ਼ਾਅੱਲਾ ਉਨਾ ਹੋਵੇਗਾ, ਕੋਈ ਥਾਂ 'ਚ ਛੱਟਾ ਫੁਆਰਾ ਮਸਲਾ ਹੋਵੇਗਾ, ਗਾਂ ਆਪਣੀ ਵਾਪਸੀ ਕਿਰਾਇਆ ਆਉਣ ਜਾਣ ਦਾ ਆਪਣਾ ਹੋਵੇਗਾ ਇਨਸ਼ਾਅੱਲਾ। ਜਿਹੜੀ ਆਹ ਗਾਂ ਇਹਦੇ ਕੋਲ ਦੁੱਧ ਹੈਗਾ 14 ਕਿਲੋ ਬੱਚੇ ਤੋਂ ਬਗੈਰ, ਥੱਲੋ ਚੰਗੀ ਤੁਹਾਨੂੰ ਖਾਸ ਥੱਲੇ ਨੇ 14 ਕਿਲੋ ਦੁੱਧ ਮਾਸ਼ਾਅੱਲਾ। ਅਤੇ ਇਹ ਤੀਜਾ ਵਾਰਾ ਸੂਈ, ਉਂਝ ਭਾਵੇਂ ਦੂਜੇ ਨੇ ਕਹਿ ਲਓ ਲੇਕਿਨ ਤੀਜੇ ਨੇ ਸੋਹਣਾ ਥਣ ਮਾਸ਼ਾਅੱਲਾ ਸ਼ਾਹਕਾਰਾ। ਅਤੇ ਬਲੈਕਟਨ ਦੇ ਕਿਉਂਕਿ ਫਰੀਜ਼ਰ ਕਰਾਸ ਗਾਂ ਹੈ, ਸਿਰ ਤੋਂ ਭੁੱਲੀ ਹੈ, ਮਗਰ ਇਹਨੇ ਮਗਰ ਬੱਚਾ ਹੈਗਾ ਚੁੱਲਾ ਸਥਾਨੀ ਬੱਚਿਆ। ਅਤੇ ਦੁੱਧ ਇਹਦੇ ਕੋਲ ਹੈਗਾ ਇਸ ਟਾਈਮ 14 ਕਿਲੋ, ਇਹਦੀ ਜਿਹੜੀ ਕੀਮਤ ਹੈਗੀ 4.5 ਲੱਖ ਰੁਪਈਆ, 4.5 ਲੱਖ ਰੁਪਈਆ ਇਹਦੀ ਕੀਮਤ ਹੈਗੀ ਹੈ। ਅਤੇ ਅਗਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, 50 ਕਿਲੋਮੀਟਰ ਤੱਕ ਡਿਲੀਵਰੀ ਆਪਣੀ ਹੋਵੇਗੀ, ਠੰਡ ਛੱਟਾ ਫੁਆਰਾ ਕਿਸੇ ਕਿਸਮ ਦਾ ਮਸਲਾ ਹੋਵੇਗਾ, ਆਉਣ ਜਾਣ ਦਾ ਕਿਰਾਇਆ ਆਪਣਾ। ਅਤੇ ਇਨਸ਼ਾਅੱਲਾ ਜਿੰਨਾ ਦੁੱਧ ਦੱਸਿਆ ਉਹਨਾਂ ਦੁੱਧ ਹੋਵੇਗਾ ਦੋ ਟਾਈਮ ਚਵਾ ਕੇ ਤਸੱਲੀ ਨਾਲ, 17 ਦੱਸਿਆ 17 ਹੋਵੇਗਾ, 16 ਦੱਸਿਆ 16.5 ਹੋਵੇਗਾ, ਇਨਸ਼ਾਅੱਲਾ 16.25 ਨੂੰ ਹੋਵੇਗਾ। ਅਗਰ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਸਕਰੀਨ ਨੰਬਰ ਮੈਨਸ਼ਨ ਹੈ, ਵਟਸਐਪ ਨੰਬਰ ਆਪਣਾ 0397-65-6 26। ਇਨਸ਼ਾਅੱਲਾ ਮਿਲਦੇ ਅਗਲੇ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।